बहुत ही सत्कारयोग प्रिंसिपल सर, समूह स्टाफ ते प्यारे बच्चो, मेरे वालों आप जब सब नू प्यार भरी सत श्री अकाल। जिवें कि आपां कल तो ही स्कूल दे विच जिहड़ी उह फिट इंडिया मूवमेंट है जिहड़ी उह अपनी चल रही है, सारे स्कूल दे विच इह हफ्ता जिहड़ा अलग अलग गतिविधियां करके है जिहड़ा उह मनाया जा रहा है। हर रोज जिहड़ा नवा शेड्यूल हैगा जिहदे विच अलग अलग टॉपिक्स नेगे जिहड़े उह टीचर्स वल्लों बच्चियां वल्लों जिहड़े उह परफॉर्म है जिहड़े कीते जाणगे। अज सैकेंड डे हैगा, मेरी ड्यूटी लगी सी के उस शेड्यूल दे अनुसार के बच्चियां नूं फिट इंडिया जिहड़ी मूवमेंट चल रही है उहदी इंपोर्टेंस ते उहदी महत्ता जिहड़ी उहदे बारे बोलना है, ते मेरा बोलण दा अज दा विशा हैगा फिट इंडिया दी महत्ता। प्यारे बच्चो, सब तो पहला मैं तुहानूं इह दसना चाहांगी कि जिहड़ी फिट इंडिया मूवमेंट है इह साडे माणयोग प्रधानमंत्री श्री नरेंद्र मोदी जी द्वारा लॉन्च कीती गई सी। ਇਹ 29 अगस्त 2019 ਨੂੰ ਹੈ ਜਿਹੜੀ ਇਹ ਲਾਂਚ ਕੀਤੀ ਗਈ ਦਿੱਲੀ ਵਿਖੇ। ਕੀ ਮੈਨੂੰ ਕੋਈ ਬੱਚਾ ਦੱਸ ਸਕਦਾ ਹੈ ਕਿ ਜਿਹੜਾ 29 अगस्त ਦਾ ਦਿਨ ਹੈਗਾ ਉਹ ਇੱਕ ਕਿਸੇ ਖਾਸ ਸ਼ਖਸੀਅਤ ਦੇ ਨਾਲ ਸੰਬੰਧਿਤ ਹੈਗਾ, ਉਹਨਾਂ ਦੇ ਜਨਮ ਦੇ ਰੂਪ ਵਿੱਚ ਹੀ ਇਹ ਮੂਵਮੈਂਟ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਸੀ? ਕੋਈ ਬੱਚਾ ਦੱਸ ਸਕਦਾ ਹੈ ਕਿ 29 अगस्त ਨੂੰ ਕਿਹੜਾ ਡੇ ਹੈ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ? ਹਾਂਜੀ ਨਵਦੀਪ, ਹਾਂਜੀ ਉਸ ਦਿਨ ਨੈਸ਼ਨਲ ਸਪੋਰਟਸ ਡੇ, ਠੀਕ ਹੈ, ਜਿਹੜਾ ਕਿਹਨਾਂ ਨੂੰ ਸਮਰਪਿਤ ਹੈਗਾ ਕੋਈ ਦੱਸ ਸਕਦਾ ਨੈਸ਼ਨਲ ਸਪੋਰਟਸ ਡੇ? ਹਾਂਜੀ ਹਾਂਜੀ ਵੈਰੀ ਗੁੱਡ, ਸ਼ਾਬਾਸ਼, ਇਹੋ ਜਿਹੀ ਨੌਲੇਜ ਹੈ ਜਿਹੜੀ ਤੁਹਾਨੂੰ ਉਹ ਰੱਖਣੀ ਚਾਹੀਦੀ ਹੈ। ਇਹ ਸਾਡਾ ਨੈਸ਼ਨਲ ਸਪੋਰਟਸ ਡੇ ਹੈ ਜਿਹੜਾ ਇਹ 29 अगस्त ਨੂੰ ਇਹ ਸਮਰਪਿਤ ਹੈਗਾ, ਜਿਹੜੇ ਆਪਣੇ ਹਾਕੀ ਦੇ ਬਹੁਤ ਹੀ ਪ੍ਰਸਿੱਧ ਖਿਡਾਰੀ ਹੋਏ ਨੇ ਧਿਆਨ ਚੰਦ ਜੀ। ਆਪਾਂ ਇੱਥੇ ਸਪੋਰਟਸ ਮੀਟ ਵੀ ਕਰਾਉਂਦੇ ਹੁੰਦੇ ਆ, ਆਪ ਵਿੱਚ ਕੋਰੋਨਾ ਦੇ ਟਾਈਮ ਦੇ ਵਿੱਚ ਆਪਾਂ ਨਹੀਂ ਇਹ ਕਰਵਾ ਸਕੇ, ਹਰ ਸਾਲ ਹੈ ਜਿਹੜੀ ਇਹਨਾਂ ਦੀ ਯਾਦ ਦੇ ਵਿੱਚ ਨੈਸ਼ਨਲ ਸਪੋਰਟਸ ਡੇ ਨੂੰ ਸਮਰਪਿਤ ਅਸੀਂ ਐਥਲੈਟਿਕ ਮੀਟ ਵੀ ਹੈ ਜਿਹੜੀ ਉਹ ਕਰਵਾਉਂਦੇ ਆ। ਤਾਂ ਇਹ ਜਿਹੜੀ ਫਿੱਟ ਇੰਡੀਆ ਮੂਵਮੈਂਟ ਹੈਗੀ ਇਹ ਨਰਿੰਦਰ ਮੋਦੀ ਜੀ ਦੁਆਰਾ 29 अगस्त 2019 ਨੂੰ ਮੇਜਰ ਧਿਆਨ ਚੰਦ ਜੀ ਨੇ ਜਿਹੜੇ ਉਹਨਾਂ ਦੀ ਹੀ ਯਾਦ ਦੇ ਵਿੱਚ ਇਹ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਇਹੀ ਸੀਗਾ ਕਿ ਸਾਰੇ ਭਾਰਤ ਦੇ ਵਿੱਚ ਜਿਹੜੇ ਲੋਕ ਨੇਗੇ ਉਹ ਮਤਲਬ ਕਿ ਸਾਰੇ ਫਿੱਟ ਹੋਣ, ਸਿਹਤਮੰਦ ਹੋਣ। ਜੇਕਰ ਕਿਸੇ ਦੇਸ਼ ਦੇ ਨਾਗਰਿਕ ਨੇ ਜਿਹੜੇ ਉਹ ਸਿਹਤਮੰਦ ਹੋਣਗੇ ਤਾਂ ਆਟੋਮੈਟਿਕਲੀ ਇਹ ਜਿਹੜਾ